ਜੋ ਸਿਆਣਪ ਦਾ ਧਨੀ ਕਾ
ਨਹੀਂ ਦੂਰਨ ਦੇਸ਼ ਨੀਤੀਵਾਨ ਰੋਸ਼ਨ ਦਿਮਾਗ ਤੇ ਜਿਸ ਨੂੰ ਬੜੇ ਪਿਆਰ ਦੇ ਨਾਲ ਸਾਰਾ ਪੰਥ ਕਮਾਂਡਰ ਇਨ ਚੀਫ ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲਾ ਆਖਦਾ ਸੀ। ਇਸ ਮਰਦ ਦਾ ਜੋ ਜਨਮ ਬਾਘਾ ਪੁਰਾਣੇ ਦੇ ਨੇੜੇ ਨਗਰ ਹੈ ਬੁੱਧ ਸਿੰਘ ਵਾਲਾ, ਸਤਿਗੁਰੂ ਮਹਾਰਾਜ ਦਾ ਪਵਿੱਤਰ ਫਰਮਾਨ ਹੈ ਤੁਰਕੀ ਬਾਣੀ ਦੇ ਅੰਦਰ ਜੋ ਸਤਿਗੁਰੂ ਮਹਾਰਾਜ ਆਖਦੇ ਨੇ, ਉਹ ਮਾਂ ਧੰਨ ਹੈ ਜਿਸ ਮਾਂ ਦੀ ਕੁੱਖੋਂ ਸੂਰਮੇ ਨੇ ਪਰਉਪਕਾਰੀ ਨੇ ਜਨਮ ਲਿਆ ਹੈ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਉਹ ਧੰਨ ਹੈ ਮਾਂ ਜਿਸਨੇ ਸੂਰਮੇ ਨੂੰ ਜਨਮ ਦਿੱਤਾ ਹੈ, ਜਿਸਨੇ ਸੂਰਮੇ ਮਰਦ ਨੂੰ ਇਸ ਦੁਨੀਆਂ ਤੇ ਘੱਲਿਆ ਹੈ। ਜਿਹੜੀ ਫਰਦੇ ਨੇ ਸੂਰਮੇ ਬਾਂ, ਉਹ ਸਿਰ ਦੀ ਬਾਜ਼ੀ ਜਾ ਕੇ ਵੀ ਕਦੇ ਛੱਡਿਆ ਨਹੀਂ ਕਰਦੇ। ਕਵੀ ਨੇ ਬੜੇ ਕਮਾਲ ਦਾ ਲਿਖਿਆ, ਸਿਰ ਜਾਵੇ ਤਾਂ ਵੀ ਛੱਡਦੇ ਨਹੀਂ, ਜਿਹੜੀ ਫਰਦੇ ਨੇ ਸੂਰਮੇ ਬਾਂ, ਉਹ ਧਰਤੀ ਪੂਜਣ ਯੋਗ ਬਣ ਜਾਂਦੀ ਜਿੱਥੇ ਦੁਲਦਾ ਸ਼ਹੀਦਾਂ ਦਾ ਪਵਿੱਤਰ ਲਹੂ ਉਹ ਪੂਜਣ ਯੋਗ ਧਰਤੀਆਂ ਅਖਵਾਇਆ ਕਰਦੀਆਂ ਨੇ। ਸਤਿਗੁਰੂ ਮਹਾਰਾਜ ਦੀ ਕਿਰਪਾ ਬਖਸ਼ ਸੀ ਮਾਤਾ ਸੁਰਜੀਤ ਕੌਰ ਤੇ, ਅਤੇ ਧੰਨ ਸੀ ਪਿਤਾ ਨਛੱਤਰ ਸਿੰਘ ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖ ਨੂੰ ਭਾਗ ਲਾਏ। 1966 ਦੇ ਵਿੱਚ ਜਾਣਕਾਰੀ ਮਿਲਦੀ ਹੈ ਇਸ ਯੋਧੇ ਦਾ ਬੁੱਧ ਸਿੰਘ ਵਾਲੇ ਅੰਦਰ ਜਨਮ ਹੋਇਆ। ਇਹ ਪੰਜ ਭੈਣ ਭਰਾ ਸਨ। ਵੱਡੀ ਭੈਣ ਦਾ ਨਾਂ ਸੀ ਬੀਬੀ ਚਰਨਜੀਤ ਕੌਰ, ਉਦੋਂ ਛੋਟੇ ਸਨ ਭਾਈ ਜਗਰੂਪ ਸਿੰਘ, ਉਦੋਂ ਛੋਟੇ ਸਨ ਭਾਈ ਕੁਲਵੰਤ ਸਿੰਘ, ਉਦੋਂ ਛੋਟੇ ਸਨ ਭਾਈ ਗੁਰਜੰਗ ਸਿੰਘ, ਅਤੇ ਸਭ ਤੋਂ ਛੋਟਾ ਸੀ ਇਹਨਾਂ ਦਾ ਭਰਾ ਜਸਵੰਤ ਸਿੰਘ। ਸੰਗਤ ਜੀ, ਸਮਾਂ ਉਹ ਸੀ ਜਦੋਂ 6 ਅਪ੍ਰੈਲ 1984 ਗੁਰਜੰਗ ਸਿੰਘ ਬੁੱਧ ਸਿੰਘ ਵਾਲੇ ਦੀ ਉਮਰ ਸੀ 19 ਸਾਲ ਦੀ। ਮੋਗੇ ਦੀ ਧਰਤੀ ਤੇ ਬੀਬੀ ਕਾਨ ਕੌਰ ਦਾ ਗੁਰਦੁਆਰਾ, ਜਿੱਥੇ ਪੁਲਿਸ ਨੇ ਗੋਲੀਆਂ ਚਲਾਈਆਂ ਤੇ ਸਿੱਖ ਸੰਗਤਾਂ ਜੋ ਰੋਸ ਪ੍ਰਗਟ ਕਰਦੀਆਂ ਸਨ ਉਹਨਾਂ ਤੇ ਗੋਲੀਆਂ ਚੱਲੀਆਂ, ਗੋਲੀਆਂ ਦੇ ਸ਼ਿਕਾਰ ਹੋਏ ਭਾਈ ਗੁਰਮੇਲ ਸਿੰਘ ਸਰਪੰਚ ਅਜੀਤਵਾਲ, ਉਹ ਸ਼ਹੀਦ ਹੋ ਗਏ। ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਉਹ ਸ਼ਹੀਦ ਹੋ ਗਏ। ਤੇ ਭਾਈ ਕਰਨੈਲ ਸਿੰਘ ਬੁੱਧ ਸਿੰਘ ਵਾਲਾ, ਜੋ ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲੇ ਦੇ ਦਾਦਾ ਸਰਦਾਰ ਕੇਰ ਸਿੰਘ ਦਾ ਭਰਾ ਸੀ ਅਤੇ ਗੁਰਜੰਗ ਸਿੰਘ ਦੇ ਨਾਲ ਬੜਾ ਪ੍ਰੇਮ ਸੀ, ਉਹ ਵੀ ਸ਼ਹੀਦ ਹੋ ਗਏ। ਜਦੋਂ ਭਾਈ ਕਰਨੈਲ ਸਿੰਘ ਬੁੱਧ ਸਿੰਘ ਵਾਲੇ ਦੀ ਸ਼ਹੀਦੀ ਦੇ ਪਿੰਡ ਬੁੱਧ ਸਿੰਘ ਵਾਲੇ ਪਹੁੰਚੀ ਤੇ ਗੁਰਜੰਗ ਸਿੰਘ ਬੁੱਧ ਸਿੰਘ ਵਾਲੇ ਨੇ ਇਸ ਸ਼ਹੀਦੀ ਦੇਹ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਕਹਿੰਦੇ ਹਰ ਪਾਸੇ ਨਗਰ ਦੇ ਵਿੱਚ ਇਲਾਕੇ ਦੇ ਵਿੱਚ ਕਹਿੰਦੇ ਗੁੱਸੇ ਅਤੇ ਸੋਗ ਦੀ ਲਹਿਰ ਸੀ। ਇੱਕ ਸੂਰਮਾ ਗੁਰਜੰਗ ਸਿੰਘ ਬੁੱਧ ਸਿੰਘ ਵਾਲਾ ਆਪਣੀਆਂ ਅੱਖਾਂ ਦੇ ਨਾਲ ਉਸ ਸ਼ਹੀਦੀ ਦੇਹ ਨੂੰ ਵੇਖ ਵੀ ਰਿਹਾ ਤੇ ਕਿੰਨੇ ਦੇ ਵਿੱਚ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਦਲੀਲ ਭਰੇ ਅਤੇ ਗੁਰੂ ਪ੍ਰੇਮ ਦੇ ਵਿੱਚ ਹੋਏ ਭੇਜੇ ਬੋਲ ਉਹ ਕੰਨਾਂ ਦੇ ਵਿੱਚ ਗੂੰਜ ਰਹੇ ਸਨ। ਜਦੋਂ ਅਣਖ ਨੂੰ ਮਾਰੇ ਸੱਟ ਦੁਸ਼ਮਣ, ਫਿਰ ਸ਼ਾਂਤੀ ਦਾ ਕਿੱਥੋਂ ਜਾਪ ਹੁੰਦਾ। ਉਦੋਂ ਕੋਈ ਉੱਠਦਾ ਵੀਰ ਯੋਧਾ ਜਾਂ ਪੰਥ ਵਿੱਚ ਪੈਦਾ ਪ੍ਰਤਾਪ ਹੁੰਦਾ, ਉਹ ਦੂਜੇ ਵਾਸਤੇ ਮਰਨ ਦਾ ਪਾਕ ਜਜ਼ਬਾ ਲੋਕ ਦਿਲਾਂ ਵਿੱਚ ਆਪਣੇ ਆਪ ਹੁੰਦਾ। ਜ਼ੁਲਮ ਕਰਨਾ ਹੈ ਜੇਕਰ ਪਾਪ ਵੀਰੋ, ਜ਼ੁਲਮ ਸਹਿਣਾ ਵੀ ਮਹਾਂ ਪਾਪ ਹੁੰਦਾ, ਜ਼ੁਲਮ ਸਹਿਣਾ ਵੀ ਮਹਾਂ ਪਾਪ ਹੋਇਆ ਕਰਦਾ ਏ। ਗੁਰਜੰਗ ਸਿੰਘ ਬੁੱਧ ਸਿੰਘ ਵਾਲੇ ਦੀ ਮਾਨਸਿਕਤਾ ਦੇ ਉੱਤੇ ਬੜਾ ਪ੍ਰਭਾਵ ਪਿਆ ਤੇ ਉਹਦੇ ਅੰਦਰ ਕੌਮੀ ਦਰਦ ਪੈਦਾ ਹੋ ਗਿਆ, ਉਹਦੇ ਅੰਦਰ ਰੋਸ ਪੈਦਾ ਹੋ ਗਿਆ, ਤੇ ਜਿਸ ਕੌਮੀ ਦਰਦ ਨੇ ਉਹਨੂੰ ਵਿਖੜੇ ਰਹਿਣ ਦਾ ਬੰਦੀ ਬਣਾ ਦਿੱਤਾ। ਸੰਗਤ ਜੀ, ਘਰ ਦੇ ਕੰਮਾਂ ਕਾਰਾਂ ਨੂੰ ਛੱਡ ਕੇ ਸੂਰਮਾ ਪੰਥ ਦੇ ਲੇਖੇ ਜ਼ਿੰਦਗੀ ਲਾਉਣ ਵਾਸਤੇ ਤਿਆਰ ਹੋ ਗਿਆ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਰੰਭੇ ਸੰਘਰਸ਼ ਨੂੰ ਉਹ ਸੂਰਮੇ ਨੇ ਸਿਖਰ ਤੇ ਪਹੁੰਚਾ ਦਿੱਤਾ। ਉਹਦਾ ਜ਼ਿਕਰ ਰਿਸ਼ਪਾਲ ਸਿੰਘ ਕੁਮਾਰ ਦਾ ਢਾਡੀ ਜਥਾ, ਮੇਰੇ ਸਾਥੀ ਸੁਖਪਾਲ ਸਿੰਘ ਅਜੀਤਗੜ੍ਹ, ਪ੍ਰਭਜੋਤ ਸਿੰਘ ਅਜੀਤਗੜ੍ਹ ਤੇ ਬ੍ਰਿਸ਼ਪਾਲ ਸਿੰਘ ਬਰਕੰਜੀ ਗਾ ਕੇ ਇਉਂ ਦੱਸਦੇ ਨੇ।
ਰੂਪੀ ਹੂੰ ਜਦੋਂ ਭਾਈ ਗੁਰਜੰਟ ਸਿੰਘ ਉਹ ਮੇਲਾ ਵੇਖਣ ਜਾਂਦਾ
ਚੰਨ ਦੇ ਨਾਲ ਭਕਾਨਿਆਂ ਦੇ ਨਿਸ਼ਾਨੇ ਬਣਾਉਂਦਾ ਪਰ ਉਦੋਂ ਕੀ ਪਤਾ ਸੀ ਵੱਡਾ ਹੋ ਕੇ ਇਹ ਦੁਸ਼ਟਾਂ ਨੂੰ ਨਿਸ਼ਾਨੇ ਬਣਾਵੇਗਾ। ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲੇ ਨੇ ਜਦੋਂ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਇਹਨੇ ਇਲਾਕੇ ਦੇ ਵਿੱਚ ਕੌਮ ਘਾਤੀਆਂ ਨੂੰ ਗਦਾਰਾਂ ਨੂੰ ਦੁਸ਼ਟਾਂ ਨੂੰ ਜਿਹੜੇ ਬੋਲ ਬੋਲ ਸਿੰਘਾਂ ਦੇ ਬਾਰੇ ਲਹਿਰ ਦੇ ਬਾਰੇ ਬੋਲਦੇ ਸਨ ਉਹਨਾਂ ਨੂੰ ਪਹਿਲਾਂ ਸਮਝਾਇਆ ਉਹ ਲਾਤੇ ਲਿਖ ਲਿਖ ਕੇ ਪਿੰਡਾਂ 'ਚ ਪਰਚੇ ਫੇਰ ਪਛਤਾਓਗੇ ਆਜੋ ਬਾਜ ਅਜੇ ਵੀ ਗਦਾਰੀ ਕਰੋ ਨਾ ਨਹੀਂ ਮਾਰੇ ਜਾਓਗੇ ਹੁਣ ਤੁਹਾਨੂੰ ਅਸੀਂ ਨਹੀਂ ਕਰਨ ਦੇਣੀਆਂ ਘਰ ਟੂਟਾਂ ਗਾੜੀਆਂ ਸੋਧੇ ਅਸੀਂ ਕੌਮ ਘਾਤੀਆਂ ਗਦਾਰਾਂ ਨੂੰ ਬੱਬਰ ਅਕਾਲੀਆਂ ਜਿਵੇਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਬੱਬਰ ਅਕਾਲੀ ਲਹਿਰ ਚੱਲੀ ਸੀ ਉਹਨਾਂ ਨੇ ਵੀ ਗਦਾਰ ਸੋਧੇ ਉਸੇ ਤਰਜ਼ ਤੇ ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲਾ ਗਦਾਰਾਂ ਦੇ ਸੋਧੇ ਲਾਉਂਦਾ ਸੀ ਤੇ ਰਾਤੀ ਬਰਾਤੀ ਆਪਦੇ ਘਰੇ ਗੇੜਾ ਮਾਰਦਾ। ਇੱਕ ਦਿਨ ਰਾਤ ਨੂੰ ਘਰੇ ਆਇਆ ਤੇ ਦਾਦੀ ਅੱਗੇ ਹੋ ਕੇ ਮਿਲੀ ਕਹਿੰਦੀ ਗੁਰਜੰਗ ਸਿੰਘ ਮੈਂ ਤੇਰੇ ਨਾਲ ਆਪਦੇ ਦਿਲ ਦੀ ਗੱਲ ਕਰਨੀ ਆ। ਉਹ ਕਹਿੰਦਾ ਮਾਂ ਬੋਲ। ਕਹਿੰਦੀ ਗੁਰਜੰਗ ਸਿੰਘ ਤੈਨੂੰ ਆਪ ਪਤਾ ਆਪਣੀ ਜ਼ਮੀਨ ਦਾ ਰੌਲਾ ਆਪਣੀ ਜ਼ਮੀਨ ਦਾ ਮੁਕੱਦਮਾ ਬੜੇ ਲੰਮੇ ਸਮੇਂ ਤੋਂ ਚੱਲਦਾ ਜੇ ਤੂੰ ਹੁਣ ਥੋੜੀ ਜਿਹੀ ਕਿਰਪਾ ਕਰ ਦਵੇਂ ਤੇਰਾ ਨਾਂ ਗੂੰਜਦਾ ਤੇਰੇ ਨਾਂ ਦੀ ਤੂਤੀ ਬੋਲਦੀ ਏ ਤੇ ਉਹ ਹਿੱਸੇ ਆਪਣੇ ਆ ਜਾਵੇਗੀ ਜ਼ਮੀਨ। ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲਾ ਜਦੋਂ ਦਾਦੀ ਮਾਂ ਦੇ ਕੋਲੋਂ ਇਹ ਗੱਲ ਸੁਣਦਾ ਉਹ ਡੂੰਘੀਆਂ ਸੋਚਾਂ ਦੇ ਵਿੱਚ ਡੁੱਬ ਗਿਆ। ਭਾਈ ਗੁਰਜੰਗ ਸਿੰਘ ਬੁੱਧ ਸਿੰਘ ਵਾਲਾ ਸੋਚਦਾ ਇਹੋ ਜੀ ਮਾਨਸਿਕਤਾ ਨੇ ਲਹਿਰ ਦੀ ਆੜ ਥੱਲੇ ਪਤਾ ਨਹੀਂ ਕਿੰਨੇ ਕੁ ਨਿੱਜੀ ਰੰਜਸਾਂ ਵਾਲੇ ਕਤਲ ਕਰਵਾਏ ਹੋਣਗੇ। ਜਦੋਂ ਡੂੰਘੀਆਂ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਿਆ ਮਾਂ ਨੇ ਵੇਖਿਆ ਦਾਦੀ ਮਾਂ ਨੇ ਫਿਰ ਆਖਿਆ ਕਹਿੰਦੀ ਗੁਰਜੰਗ ਸਿੰਘ ਤੂੰ ਚੁੱਪ ਕਿਉਂ ਕਰ ਗਿਆ ਉਹ ਜ਼ਮੀਨ ਦੇ ਵਿੱਚ ਤੇਰਾ ਵੀ ਹਿੱਸਾ ਬਣਦਾ ਜੇ ਤੇਰੇ ਭਰਾਵਾਂ ਦਾ ਹਿੱਸਾ ਤੇਰਾ ਵੀ ਹਿੱਸਾ। ਜਦੋਂ ਆਹ ਗੱਲ ਮਾਤਾ ਨੇ ਆਖੀ ਤੇ ਗੁਰਜੰਗ ਸਿੰਘ ਇਕਦਮ ਉੱਠ ਕੇ ਖਲੋ ਗਿਆ ਕਹਿੰਦਾ ਦਾਦੀ ਮਾਂ ਕਿਹੜੇ ਹਿੱਸੇ ਦੀ ਗੱਲ ਕਰਦੀ ਏ ਪੁੱਤ ਖਾੜਕੂ ਲੜਿਆ ਜ਼ਮੀਨ ਖਾਤਰ ਮੈਂ ਨਾ ਮਾਰੇ ਨਾ ਕਿਤੇ ਜੱਗ ਮਾਂ ਖਬਰੇ ਕਿੱਥੇ ਰੁਲੇਗੀ ਲਾਸ਼ ਮੇਰੀ ਮੇਰਾ ਤਾਂ ਸਿਵਿਆਂ ਦੇ ਵਿੱਚ ਨਾ ਅੱਧ ਮਾਂ ਮੇਰਾ ਤਾਂ ਬੁੱਧ ਸਿੰਘ ਵਾਲੇ ਦੇ ਸਿਵਿਆਂ ਦੇ ਵਿੱਚ ਵੀ ਅੱਧ ਨਹੀਂ। ਜਾਂਦੀ ਵਾਰ ਸੂਰਮਾ ਆਪਦੀ ਮਾਂ ਨੂੰ ਜੋ ਬੋਲ ਬੋਲਦਾ ਹੈ ਸੁਣੋ ਪਿਆਰ ਤੇ ਸਤਿਕਾਰ ਦੇ ਨਾਲ ਮੇਰੇ ਸਾਥੀ ਸੁਖਪਾਲ ਸਿੰਘ ਦ੍ਰਿਸ਼ਪਾਲ ਸਿੰਘ ਬਰਕੰਦੀ ਸ਼ੇਰ ਦੇ ਰੂਪ ਦੇ ਵਿੱਚ ਗਾ ਕੇ ਇਹੋ ਦੱਸ ਰਹੇ ਸੁਣ ਲੈ ਭਾਵੇਂ ਕੱਲ ਸੁਣ ਲੈ ਲੜਨਾ ਕੌਮ ਖਾਤਰ ਮਰਨਾ ਪੰਥ ਖਾਤਰ ਆਪਣੇ ਲਾਲ ਦੇ ਦਿਲ ਦੀ ਗੱਲ ਸੁਣ ਲੈ ਉਸ ਸਮੇਂ ਪੰਜਾਬ ਪੁਲਿਸ ਦਾ ਮੁਖੀ ਰਵੈਰੋ ਇਹ ਗੱਲ ਆਖਦਾ
ਸੀ ਮਾਲਵੇ ਦੀ ਧਰਤੀ ਤੇ ਜੇ ਸਭ ਤੋਂ ਖਤਰਨਾਕ ਖਾੜਕੂ ਹੈ ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੈ ਤੇ ਨਾਲੇ ਸਰਕਾਰਾਂ ਦਾ ਇਹ ਵਿਸ਼ਵਾਸ ਹੁੰਦਾ ਜਦੋਂ ਸਰਕਾਰ ਦੇ ਬਾਗੀਆਂ ਦੀਆਂ ਗੱਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਹੋਣ ਲੱਗ ਜਾਣ ਜਦੋਂ ਪਿੰਡਾਂ ਦੀਆਂ ਸੱਥਾਂ ਵਿੱਚ ਉਹਨਾਂ ਦੀ ਉਪਮਾ ਹੁੰਦੀ ਏ ਜੇ ਸਰਕਾਰ ਉਹਨਾਂ ਤੇ ਸਖਤੀ ਨਾ ਕਰੇ ਤਾਂ ਪਿੰਡਾਂ ਦੇ ਲੋਕੀ ਉਹਨਾਂ ਦੇ ਪ੍ਰਭਾਵ ਥੱਲੇ ਉਹਨਾਂ ਦੇ ਨਾਲ ਤੁਰਨ ਲੱਗ ਪੈਂਦੇ ਨੇ ਤੇ ਉਹਨਾਂ ਦਾ ਅਸਰ ਕਬੂਲ ਕਰਦੇ ਨੇ ਸਰਕਾਰ ਦਾ ਸਿੱਟਾ ਕੱਢਿਆ ਹੋਇਆ ਬਈ ਉਹਨਾਂ ਬਾਗੀਆਂ ਦੇ ਪਰਿਵਾਰਾਂ ਨੂੰ ਖਾੜਕੂਆਂ ਦੇ ਪਰਿਵਾਰਾਂ ਤੇ ਵੱਧ ਤੋਂ ਵੱਧ ਤਸ਼ੱਦਦ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜੇ ਪਨਾਹ ਦੇਣ ਵਾਲੇ ਨੇ ਜਾਂ ਉਹਨਾਂ ਨੂੰ ਜਿਹੜੇ ਰੋਟੀ ਖੋਣ ਵਾਲੇ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਜਾਵੇ। ਹਿਟਲਰ ਦੀ ਇੱਕ ਥਿਊਰੀ ਰਹੀ ਆ, ਉਹਨੇ ਇੱਕ ਗੱਲ ਆਖੀ ਸੀ, ਉਹ ਕਹਿੰਦਾ ਜਿਸ ਕੌਮ ਦਾ ਤੇ ਜਿਸ ਸਮਾਜ ਦਾ ਤੁਸੀਂ ਘਾਣ ਕਰਨਾ ਤੇ ਉਸ ਕੌਮ ਦੇ ਵਿੱਚੋਂ ਉਸ ਸਮਾਜ ਦੇ ਵਿੱਚੋਂ ਹੀ ਕੋਈ ਬੰਦਾ ਲੱਭ ਕੇ ਉਹਨਾਂ ਤੇ ਸਖਤੀਆਂ ਵਾਸਤੇ ਲਾ ਦਿੱਤਾ ਜਾਵੇ। ਜਦੋਂ ਇਹ ਹਿਟਲਰ ਦੀ ਥਿਊਰੀ ਤੇ ਅੱਜ ਵੀ ਮੌਜੂਦਾ ਸੰਘਰਸ਼ ਦੇ ਵਿੱਚ ਵੀ ਜ਼ਾਲਮਾਂ ਨੇ ਅਪਣਾਈ ਏ, ਅਨੇਕਾਂ ਨਾਂ ਨੇ ਜਿਹੜੇ ਵੇਖਣ ਨੂੰ ਤਾਂ ਸਿੱਖ ਜਾਪਦੇ ਸਨ, ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਵੀ ਸੀ, ਆਪਦੇ ਨਾਂ ਦੇ ਨਾਲ ਸਿੰਘ ਵੀ ਲਾਉਂਦੇ ਸੀ, ਪਰ ਉਹਨਾਂ ਨੇ ਰੱਜ ਕੇ ਘਾਣ ਕੀਤਾ ਏ। ਇਹੋ ਜੇ ਸਰਕਾਰ ਨੂੰ ਟੁੱਕੜ ਵੋਚ ਅਹੁਦਿਆਂ ਦੇ ਭੁੱਖੇ ਸਰਕਾਰ ਦੀ ਜੀ ਹਜ਼ੂਰੀ ਕਰਨ ਵਾਲੇ ਬੜੇ ਲੱਭ ਪਿਆ ਕਰਦੇ ਨੇ। ਸਿੱਖ ਇਤਿਹਾਸ ਤੇ ਪੰਨਿਆਂ ਤੇ ਜਿਹੜਾ ਉਸ ਸਮੇਂ ਖਲਾਇਕ ਬਣ ਕੇ ਆਪਦਾ ਨਾਂ ਦਰਜ ਕਰਵਾ ਗਿਆ ਉਹ ਸੀ ਮਿੱਤ ਸਿਓ ਬਾਗੇ ਪੁਰਾਣੇ ਦਾ ਠਾਣੇਦਾਰ। ਜਦੋਂ ਬਾਗੇ ਪੁਰਾਣੇ ਪਹੁੰਚਿਆ ਉਹਨੇ ਸਭ ਤੋਂ ਵੱਧ ਟਾਰਗੇਟ ਭਾਈ ਬੁੱਧ ਸਿੰਘ ਵਾਲੇ ਦੇ ਪਰਿਵਾਰ ਨੂੰ ਬਣਾਇਆ। ਬੁੱਧ ਸਿੰਘ ਵਾਲੇ ਨੂੰ ਘੇਰਾ ਪਾ ਕੇ ਤੇ ਘਰੇ ਪਹੁੰਚ ਗਿਆ। ਬੁੱਧ ਸਿੰਘ ਵਾਲੇ ਦੇ ਘਰੇ ਪਹੁੰਚ ਕੇ ਬੁੱਧ ਸਿੰਘ ਵਾਲੇ ਦੇ ਮਾਤਾ ਪਿਤਾ ਪਿਤਾ ਸਰਦਾਰ ਨਛੱਤਰ ਸਿੰਘ ਮਾਤਾ ਸੁਰਜੀਤ ਕੌਰ ਨੂੰ ਟਾਰਗੇਟ ਕੀਤਾ ਤੇ ਜਦੋਂ ਘਰ ਦੇ ਉਹਨੇ ਸਾਰੇ ਪਸ਼ੂ ਡੰਗਰ ਮੱਝਾਂ ਸਨ ਉਹ ਖੋਲ ਦਿੱਤੇ ਖੁਰਲੀਆਂ ਤੋਂ, ਨਲਕਾ ਪੁੱਟ ਦਿੱਤਾ, ਘਰ ਦੇ ਕਮਰੇ ਢਾ ਦਿੱਤੇ, ਦਰਖਤ ਪੁੱਟ ਦਿੱਤੇ। ਬਾਪ ਨਛੱਤਰ ਸਿੰਘ ਨੂੰ ਬਾਗੇ ਪੁਰਾਣੇ ਲੈ ਕੇ ਆ ਗਿਆ, ਨਾਲੇ ਤਸ਼ੱਦਦ ਕਰੀ ਜਾ ਰਿਹਾ। ਜਦੋਂ ਤਸ਼ੱਦਦ ਦੀ ਗੱਲ ਕਰਦੇ ਆ ਸੰਗਤ ਜੀ, ਜਦੋਂ ਵੀ ਗੁਰੂ ਦਾ ਸਿੱਖ ਅਰਦਾਸ ਦੇ ਵਿੱਚ ਸ਼ਹੀਦ ਸਿੰਘਾਂ ਦਾ ਨਾਂ ਲੈਂਦਾ ਏ, ਨਾਲ ਨਾਲ ਅਸੀਂ ਉਹਨਾਂ ਸ਼ਹੀਦ ਸਿੰਘਾਂ ਦਾ ਨਾਂ ਵੀ ਲੈਂਦੇ ਹਾਂ ਤੇ ਨਾਲ ਨਾਲ ਜਿਹੜਾ ਉਹਨਾਂ ਤੇ ਜ਼ਾਲਮਾਂ ਨੇ ਤਸ਼ੱਦਦ ਕੀਤਾ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਦੇ ਹਾਂ। ਉਹ ਘਲਾਉਣੇ ਤਸ਼ੱਦਦ ਦੀ ਵੀ ਗੱਲ ਕਰਦੇ ਹਾਂ ਜਿਨ੍ਹਾਂ ਸਿੰਘਾਂ ਨੇ ਖੋਪਰੀਆਂ ਲਹਾਈਆਂ, ਹੁਣ ਉਹਨਾਂ ਦੀ ਕੁਰਬਾਨੀ ਦੀ ਵੀ ਗੱਲ ਹੈ, ਖੋਪਰੀ ਲਾਈ ਜ਼ਾਲਮਾਂ ਨੇ ਕਿੰਨਾ ਤਸ਼ੱਦਦ ਕਰਕੇ। ਸੰਗਤ ਜੀ, ਪਰ ਜਦੋਂ ਮੌਜੂਦਾ ਸੰਘਰਸ਼ ਦੇ ਅੰਦਰ ਤਸ਼ੱਦਦ ਦਾ ਇਤਿਹਾਸ ਪੜ੍ਹਦੇ ਹਾਂ, ਤਸ਼ੱਦਦ ਦੇ ਬੜੇ ਘਲਾਉਣੇ ਰੂਪ ਸਾਡੇ ਸਾਹਮਣੇ ਆਉਂਦੇ ਨੇ ਬਾਗੇ ਪੁਰਾਣੇ ਦੇ ਅੰਦਰ। ਸੰਗਤ ਜੀ, ਆਹ ਤਸ਼ੱਦਦ ਹੋਇਆ ਬੁੱਧ ਸਿੰਘ ਵਾਲੇ ਦੇ ਪਿਤਾ ਸਰਦਾਰ ਨਛੱਤਰ ਸਿੰਘ ਤੇ। ਕਹਿੰਦੇ ਮਿੱਤ ਸਿਓ ਦੇ ਸਾਹਮਣੇ ਦੋ ਸਿਪਾਹੀਆਂ ਨੇ ਉਹਨੂੰ ਮੋਢਿਆਂ ਤੋਂ ਚੁੱਕਿਆ ਤੇ ਗਰਮ ਗਰਮ ਉੱਬਲਦਾ ਲੁੱਕਦਾ ਡਰੰਮ ਸੀ, ਬਾਪ ਨਛੱਤਰ ਸਿੰਘ ਨੂੰ ਉਹ ਉੱਬਲਦੇ ਲੁੱਕਦੇ ਡਰੰਮ ਦੇ ਵਿੱਚ ਖੜਾ ਕਰ ਦਿੱਤਾ, ਲੱਕ ਤੱਕ ਉਹਨੂੰ ਸਾੜ ਹੀ ਦਿੱਤਾ। ਮਿੱਤ ਸਿਓ ਨੇ ਹੰਕਾਰ ਦੇ ਵਿੱਚ ਆਖਿਆ, ਉਹ ਨਛੱਤਰ ਸਿਓ ਕਦ ਆਪਦਾ ਪੁੱਤ ਕਿੱਥੇ ਆ ਵੱਡਾ ਯੋਧਾ ਬਣਿਆ ਫਿਰਦਾ, ਉਹਨੂੰ ਆਵਾਜ਼ਾਂ ਮਾਰ ਬਈ ਮੈਨੂੰ ਮਿੱਤ ਸਿਓ ਤੋਂ ਆ ਕੇ ਛਿੜਾਵੇ। ਹੰਕਾਰੀ ਇਉਂ ਬੋਲ ਬੋਲਦਾ ਸੀ। ਇੱਥੇ ਬਸ ਨਹੀਂ, ਗੁਰਜੰਟ ਬੁੱਧ ਸਿੰਘ ਵਾਲੇ ਦੀ ਵੱਡੀ ਭੈਣ ਬੀਬੀ ਚਰਨਜੀਤ ਕੌਰ ਉਹ ਕਾਲੇ ਕੇ ਵਿਆਹੀ ਹੋਈ ਸੀ, ਉੱਥੇ ਵੀ ਮਿੱਤ ਸਿਓ ਪਹੁੰਚ ਗਿਆ, ਭੈਣ ਨੂੰ ਲੈ ਕੇ ਆਇਆ ਤੇ ਬਾਗੇ ਪੁਰਾਣੇ ਦੇ ਬਾਜ਼ਾਰ ਦੇ ਵਿੱਚ ਭਜਾਇਆ। ਜਦੋਂ ਤਸ਼ੱਦਦ ਭੈਣ ਤੇ ਵੀ ਕੀਤਾ, ਗੁਰੂ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਸਿੰਘ ਖਬਰ ਲੈਣ ਵਾਸਤੇ ਪਹਿਲਾਂ ਬੁੱਧ ਸਿੰਘ ਵਾਲੇ ਗਏ ਤੇ ਫਿਰ ਭੈਣ ਦੇ ਕੋਲੇ ਕਾਲੇ ਕੇ ਪਹੁੰਚ ਗਏ। ਜਦੋਂ ਭੈਣ ਨੇ ਵੇਖੇ ਮੇਰੇ ਵੀਰ ਦੇ ਸਾਥੀ ਆਏ ਨੇ, ਉਹਨੇ ਦੋਨਾਂ ਦੇ ਸਿਰ ਭਰੋਸੇ ਤੇ ਉਹਨਾਂ ਸੂਰਮਿਆਂ ਨੇ ਭੈਣ ਦੇ ਚਰਨੀ ਹੱਥ ਲਾਏ। ਚਰਨੀ ਹੱਥ ਲਾ ਕੇ ਬੜੇ ਪਿਆਰ ਦੇ ਨਾਲ ਭੈਣ ਪੁੱਛਦੀ ਏ, ਮੇਰੇ ਵੀਰ ਦਾ ਕੀ ਹਾਲ ਹੈ, ਗੁਰਜੰਟ ਦਾ ਕੀ ਹਾਲ ਹੈ। ਜਦੋਂ ਗੁਰਜੰਟ ਦਾ ਨਾਂ ਲਿਆ ਤੇ ਭੈਣ ਦੀਆਂ ਫਿਰ ਅੱਖਾਂ ਭਰ ਆਈਆਂ, ਆਪਦੇ ਨਾਲ ਤੇ ਆਪਦੇ ਪਰਿਵਾਰ ਤੇ ਜੋ ਤਸ਼ੱਦਦ ਮਿੱਤ ਸਿਓ ਨੇ ਕੀਤਾ ਸੀ ਉਹ ਰੋ ਰੋ ਕੇ ਤੇ ਵੀਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਯਾਦ ਕਰਕੇ ਉਹ ਉਹਨਾਂ ਸਿੰਘਾਂ ਦੇ ਨਾਲ ਗੱਲਾਂ ਕਰਦੀ ਏ। ਉਸ ਵੇਲੇ ਦਾ ਜ਼ਿਕਰ ਪਮਾਲ ਦਾ ਢਾਡੀ ਜੱਥਾ ਗਾ ਕੇ ਇਹ ਪੇਸ਼ ਕਰ ਰਿਹਾ ਹੈ।
ਖਾਲਸਾ ਭਿੰਡਰਾਂ ਵਾਲੇ ਇਹ ਗੱਲ ਤੇ ਜ਼ੋਰ ਦੇ ਕੇ ਆਖਿਆ ਕਰਦੇ ਸਨ, ਅਪੀਲ ਵਕੀਲ ਦਲੀਲ ਸੰਗਤ ਜੀ ਉੱਥੇ ਕੰਮ ਆਉਂਦੇ ਨੇ ਜਿੱਥੇ ਪਤਾ ਹੋਵੇ ਬਈ ਸਾਨੂੰ ਇਨਸਾਫ ਮਿਲੇਗਾ, ਪਰ ਜਿੱਥੇ ਆਹ ਮਿਥਿਆ ਹੋਵੇ ਵੀ ਅਸੀਂ ਧੱਕਾ ਕਰਨਾ ਹੀ ਕਰਨਾ, ਇਹਨਾਂ ਨੂੰ ਖਤਮ ਕਰਨਾ ਹੀ ਕਰਨਾ, ਉੱਥੇ ਨਾ ਅਪੀਲ ਨਾ ਵਕੀਲ ਨਾ ਦਲੀਲ ਕਦੇ ਕੰਮ ਨਹੀਂ ਆਵੇਗੀ। ਜਦੋਂ ਭੈਣ ਦੇ ਕੋਲੋਂ ਸੂਰਮਿਆਂ ਨੇ ਉਹ ਜ਼ੁਲਮ ਦੀ ਦਾਸਤਾਨ ਸੁਣੀ, ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਦੇ ਹੰਝੂ ਆ ਗਏ। ਉਹ ਬੋਲੇ ਕਹਿੰਦੇ ਬਸ ਭੈਣੇ ਬਸ, ਹੁਣ ਬਹੁਤਾ ਚਿਰ ਇਹ ਬੁੱਚੜ ਜਿਉਂਦਾ ਨਹੀਂ ਰਹੂਗਾ, ਇਸ ਰਾਵਣ ਨੂੰ ਸਾੜ ਕੇ ਹੁਣ ਤੈਨੂੰ ਅਸੀਂ ਮੂੰਹ ਦਿਖਾਵਾਂਗੇ। ਸੂਰਮੇ ਭੈਣ ਦੇ ਕੋਲ ਵਿਦਾ ਹੋਏ, ਜਾ ਕੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਸਾਰੀਆਂ ਸਕੀਮਾਂ ਤਿਆਰ ਹੋ ਗਈਆਂ। 1987 ਸੀ, ਬਾਗੇ ਪੁਰਾਣੇ ਥਾਣੇ ਦੇ ਮੂਹਰੇ ਰੇਹੜੀ ਵਾਲੇ ਦੇ ਭੇਸ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਆਪਣੇ ਸਾਥੀ ਭਾਈ ਲੱਖਾ ਸਿੰਘ ਢੱਲੇ ਕੇ, ਭਾਈ ਇਕਬਾਲ ਸਿੰਘ ਬੱਬਰ ਰਾਏਪੁਰ, ਭਾਈ ਦਰਸ਼ਨ ਸਿੰਘ ਬਿੱਲਾ ਤਖਾਣਬੱਧ ਉਹਨਾਂ ਦੇ ਨਾਲ ਪਹੁੰਚ ਗਿਆ। ਰੇਹੜੀ ਵਾਲਾ ਗਰਮ ਗਰਮ ਮੂੰਗਫਲੀ ਅਤੇ ਕੜਾਕੇਦਾਰ ਗੱਚਕ ਦਾ ਹੋਕਾ ਦੇਈ ਜਾ ਰਿਹਾ, ਏਸੀ ਭੇਸ ਬਦਲ ਕੇ ਖਲੋਤਾ ਹੋਇਆ ਉਹ ਲਿਬਰੇਸ਼ਨ ਫੋਰਸ ਦਾ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ। ਇਹਦੇ ਨਾਲ ਦੇ ਸਾਥੀ ਆਪਣੀਆਂ ਆਪਣੀਆਂ ਪੋਜੀਸ਼ਨਾਂ ਤੇ ਬਹਿ ਗਏ। ਫਿਰ ਸੰਗਤ ਦੀ ਹੋਇਆ ਕੀ ਏ, ਇੱਕ ਥਾਣੇ ਦੇ ਵਿੱਚੋਂ ਸਿਪਾਹੀ ਨਿਕਲਿਆ, ਉਹ ਸਿੱਧਾ ਰੇਹੜੀ ਵਾਲੇ ਦੇ ਕੋਲ ਆਇਆ, ਉਹਨੇ ਇੱਕ ਹੱਥ ਮੂੰਗਫਲੀ ਨੂੰ ਪਾਇਆ ਤੇ ਇੱਕ ਹੱਥ ਦੇ ਨਾਲ ਉਹਨੇ ਗੱਚਕ ਨੂੰ ਤੋੜਿਆ ਤੇ ਮੂੰਹ ਵਿੱਚ ਪਾ ਕੇ ਨਾਲੇ ਗੱਚਕ ਚੱਬਦਾ ਨਾਲੇ ਰੇਹੜੀ ਵਾਲੇ ਨੂੰ ਪੁੱਛਦਾ ਬਈ ਕਿਵੇਂ ਲਾਈ ਆ, ਆ ਸਾਹਿਬ ਦੇ ਵਾਸਤੇ ਮੈਂ ਲੈ ਕੇ ਜਾਣੀ ਆ, 2 ਕਿਲੋ ਗਰਮ ਗਰਮ ਮੂੰਗਫਲੀ ਪਾ ਦੇ। ਰੇਹੜੀ ਵਾਲੇ ਨੇ 2 ਕਿਲੋ ਮੂੰਗਫਲੀ ਦਾ ਗੱਚਕ ਦਾ ਲਿਫਾਫਾ ਭਰ ਕੇ ਸਿਪਾਹੀ ਦੇ ਹੱਥ ਵਿੱਚ ਫੜਾ ਦਿੱਤਾ। ਜਦੋਂ ਸਿਪਾਹੀ ਫੜ ਕੇ ਲਿਫਾਫਾ ਤੇ ਜਾਣ ਲੱਗਿਆ, ਰੇਹੜੀ ਵਾਲਾ ਕਹਿੰਦਾ ਜੀ ਮਾਲਕੋ ਰੁਪਈਏ ਤਾਂ ਦੇ ਕੇ ਜਾਓ, ਪੈਸੇ ਤਾਂ ਦੇ ਕੇ ਜਾਓ। ਸਿਪਾਹੀ ਆਪਦੀ ਬੋਲੀ ਚ ਬੋਲਿਆ, ਕਹਿੰਦਾ ਕਾਹਦੇ ਪੈਸੇ, ਤੈਨੂੰ ਆਖਿਆ ਸੀ ਨਾ ਬਈ ਸਾਹਿਬ ਨੇ ਮੰਗਾਈ ਆ। ਜਦੋਂ ਸਾਹਿਬ ਦਾ 2 ਵਾਰ ਨਾਂ ਲਿਆ, ਰੇਹੜੀ ਵਾਲਾ ਕਹਿੰਦਾ ਜੀ ਮੈਂ ਗਰੀਬ ਹਾਂ, ਮੈਂ ਵੀ ਆਪਦੇ ਬੱਚੇ ਪਾਲਣੇ ਨੇ। ਸਿਪਾਹੀ ਕਹਿੰਦਾ ਜੇ ਬੱਚਿਆਂ ਦਾ ਬਹੁਤਾ ਹੀ ਫਿਕਰ ਆ, ਫਿਰ ਗੁਰਦੁਆਰੇ ਜਾ ਕੇ ਬਹਿ ਜਾਣਾ ਸੀ। ਜਦੋਂ ਕੁਝ ਮੰਦੇ ਬੋਲ ਬੋਲਿਆ ਸਿਪਾਹੀ, ਫਿਰ ਰੇਹੜੀ ਵਾਲੇ ਨੇ ਸੱਜੇ ਹੱਥ ਦਾ ਥੱਪੜ ਜਦੋਂ ਟਿਕਾ ਕੇ ਸਿਪਾਹੀ ਦੇ ਗੱਲ ਤੇ ਮਾਰਿਆ, ਉਹਦੇ ਕੰਨ ਟਾਂ ਟਾਂ ਕਰਨ ਲੱਗ ਪਏ। ਉਹਨੇ ਰੌਲਾ ਚੁੱਕ ਦਿੱਤਾ, ਨਾਲੇ ਥਾਣੇ ਦੇ ਅੰਦਰ ਨੂੰ ਭੱਜਿਆ, ਕਹਿੰਦਾ ਆਵੇ ਬੀਬਿਆ ਆਵੇ ਸੀਬਿਆ, ਇਹਦੀਆਂ ਲੱਤਾਂ ਪਾੜੀਏ, ਇਹਨੇ ਪੁਲਿਸ ਵਾਲੇ ਤੇ ਹੱਥ ਚੁੱਕਿਆ। ਕਹਿੰਦੇ ਇੰਨੀ ਨੂੰ ਸੁਣਦੇ ਸਾਰ ਹੀ ਮਿੱਤੂ ਸਿਪਾਹੀਆਂ ਦੀ ਡਾਰ ਲੈ ਕੇ ਥਾਣੇ ਚੋਂ ਬਾਹਰ ਨਿਕਲਿਆ। ਜਦੋਂ ਥਾਣੇ ਚੋਂ ਬਾਹਰ ਆਇਆ ਤੇ ਰੇਹੜੀ ਵਾਲੇ ਦੇ ਲਾਗੇ ਪਹੁੰਚਿਆ, ਰੇਹੜੀ ਵਾਲਾ ਅੱਗੋਂ ਗਰਜਿਆ, ਕਹਿੰਦਾ ਮਿੱਤੂਆ ਬੇਕਸੂਰਾਂ ਤੇ ਜ਼ੁਲਮ ਕਰਕੇ ਉਹ ਬਹਾਦਰੀ ਦਾ ਸਰਟੀਫਿਕੇਟ ਲੈਣਾ। ਕਹਿੰਦਾ ਮੈਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹਨੂੰ ਰੋਜ਼ ਤੂੰ ਆਖਦਾ ਸੀ ਲੋਕਾਂ ਨੂੰ ਪਿੰਡਾਂ ਵਿੱਚ ਜਾ ਜਾ ਕੇ ਮੈਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੇਖਣਾ, ਮੈਂ ਉਹਦੇ ਵੱਡੇ ਦੇ ਦਰਸ਼ਨ ਕਰਨੇ ਨੇ। ਉਹ ਮਿੱਤੂਆ ਲੈ ਕਰ ਲਾ ਦਰਸ਼ਨ। ਜਦੋਂ ਬੁੱਧ ਸਿੰਘ ਵਾਲੇ ਦਾ ਨਾਂ ਸੁਣਿਆ, ਉਹਨੇ ਇੱਕਦਮ ਹੱਥ ਆਪਦਾ ਰਿਵਾਲਵਰ ਨੂੰ ਪਾਇਆ, ਬੁੱਧ ਸਿੰਘ ਵਾਲੇ ਦੇ ਨਾਲ ਦੇ ਸਿੰਘਾਂ ਨੇ ਬ੍ਰਸ਼ਟ ਮਾਰਿਆ। ਬਸ ਬ੍ਰਸ਼ਟ ਭੱਜਣ ਦੀ ਦੇਰ ਸੀ, ਕਹਿੰਦੇ ਮਿੱਤੂ ਥਾਣੇਦਾਰ ਭੱਜਣ ਲੱਗਿਆ। ਬੁੱਧ ਸਿੰਘ ਵਾਲੇ ਨੇ ਰੇਹੜੀਓ ਥੱਲਿਓ AK-47 ਬਾਹਰ ਕੱਢ ਲਈ ਤੇ ਕੱਢ ਕੇ ਬਾਹਰ AK-47 ਅੱਖਾਂ ਵਿੱਚ ਅੱਖਾਂ ਪਾ ਕੇ ਬੁੱਧ ਸਿੰਘ ਵਾਲਾ ਕਹੇ ਸੁਣਾ ਕੇ ਮਿੱਤੂਆ ਭੱਜਦਾ ਜਾਨ ਬਚਾ ਕੇ ਸਿੰਘ ਜਕਾਰਾ ਛੱਡ ਦਿੱਤਾ, ਪੁਰਜੇ ਦਿੱਤੇ ਖਿਲਾਰ ਮਿੱਤੂ ਨੂੰ ਮੂਧਾ ਕਰ ਦਿੱਤਾ। ਬੁੱਧ ਸਿੰਘ ਵਾਲੇ ਨੇ ਕਾੜ ਕਾੜ ਕਰਦੀਆਂ ਗੋਲੀਆਂ ਹੇ ਕਿਉਂ ਮਾਰੀਆਂ।
ਲਾਲਸਾਵਾਂ ਤੋਂ ਉੱਪਰ ਉੱਠ ਕੇ ਮੋਤੀਆਂ ਵਰਗੇ ਸੁੱਚੇ ਜਜ਼ਬੇ ਤੇ ਕੁਰਬਾਨੀ ਦੇ ਚਾਅ ਨਾਲ ਸੰਘਰਸ਼ ਵਾਲੇ ਮਾਰਗ ਦੇ ਉੱਤੇ ਚੱਲ ਰਿਹਾ ਸੀ। ਉਹ ਇਸ਼ਕ ਜਿਨ੍ਹਾਂ ਨੂੰ ਝੰਗਾਂ ਤੇ ਬੇਲਿਆਂ ਦਾ ਉਹ ਵੀ ਤੱਕਦੇ ਤਖ਼ਤ ਹਜ਼ਾਰਿਆਂ ਬਾਲਾ ਕੱਚੇ ਘੜੇ ਤੇ ਤਰਨ ਦੀ ਚਾਹ ਜਿਹਨੂੰ ਉਹ ਪਰਤਦੇ ਨਹੀਂ ਕਿਨਾਰਿਆਂ ਵੱਲ। ਸਰਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨੇ ਹਿੰਦੁਸਤਾਨ ਦੇ ਉਹਨਾਂ ਹਾਕਮਾਂ ਨੂੰ ਜਿਹੜੇ ਹਾਕਮ ਸਿੱਖ ਕੌਮ ਦੇ ਬਾਰੇ ਅੱਤ ਦੀ ਘਿਰਨ ਅੱਤ ਦੀ ਨਫ਼ਰਤ ਤੇ ਅੱਤ ਦੀ ਫਿਰਕਾ ਪ੍ਰਸਤੀ ਰੱਖਦੇ ਸਨ, ਜਿਵੇਂ ਸੰਗਤ ਜੀ ਸਰਦਾਰ ਪਟੇਲ ਨੇ ਆਖਿਆ ਸੀ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ, ਜਦੋਂ ਹਰ ਪਾਸੇ ਆਜ਼ਾਦੀ ਦੇ ਗੀਤ ਗਾਏ ਜਾਂਦੇ ਸਨ, ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਜਸ਼ਨ ਹੋ ਰਹੇ ਸਨ, ਹਜੇ ਤਾਂ ਸਿੱਖ ਕੌਮ ਦਾ ਡੁੱਲਿਆ ਹੋਇਆ ਉਹਨਾਂ ਮਰਦਾਂ ਯੋਧਿਆਂ ਦਾ ਲਹੂ ਵੀ ਸੁੱਕਿਆ ਨਹੀਂ ਸੀ। ਜਦੋਂ ਆਜ਼ਾਦੀ ਤੋਂ ਪੌਣੇ ਦੋ ਮਹੀਨੇ ਬਾਅਦ 10 ਅਕਤੂਬਰ 1947 ਨੂੰ ਸਰਦਾਰ ਪਟੇਲ ਨੇ ਆਖਿਆ ਸੀ ਸਿੱਖ ਇੱਕ ਜ਼ਰੈਮ ਪੇਸ਼ਾ ਕੌਮ ਹੈ, ਇਹੋ ਜੀ ਘਿਰਨਾ ਵਾਲੇ ਆਗੂ ਹੁਣ ਵੀ ਪਾਏ ਜਾਂਦੇ ਨੇ, ਜਿਹੜਾ ਸਰਦਾਰ ਪਟੇਲ ਦੀਆਂ ਰਗਾਂ ਦੇ ਵਿੱਚ ਨਫ਼ਰਤ ਵਾਲਾ ਲਹੂ ਦੌੜਦਾ ਸੀ। ਅੱਜ ਵੀ ਕਈ ਇਹੋ ਜਿਹੇ ਆਗੂ ਹਾਕਮ ਨੇ ਤੇ ਜਿਨ੍ਹਾਂ ਦੇ ਰਗਾਂ ਦੇ ਅੰਦਰ ਉਹੀ ਸਰਦਾਰ ਪਟੇਲ ਵਾਲਾ ਲਹੂ ਜਿਹੜਾ ਦੌੜ ਰਿਹਾ, ਖੂਨ ਦੌੜ ਰਿਹਾ ਹੈ। ਉਹਨਾਂ ਹਾਕਮਾਂ ਨੂੰ ਉਹ ਬੁੱਧ ਸਿੰਘ ਵਾਲੇ ਨੇ ਆਖਿਆ ਉਹ ਬੇਈਮਾਨੋ ਮਤ ਸੋਚਿਓ ਸਿੱਖ ਕੌਮ ਨਾ ਕਦੇ ਮੁੱਕੀ ਏ ਨਾ ਕਦੇ ਮੁੱਕੇਗੀ, ਇਹ ਨਾ ਕਦੇ ਝੁੱਕੀ ਏ ਤੇ ਨਾ ਕਦੇ ਝੁੱਕੇਗੀ, ਇਹ ਨਾ ਕਦੇ ਡਰੀ ਏ ਤੇ ਨਾ ਕਦੇ ਡਰੇਗੀ। ਉਹ ਦੁਨੀਆਂ ਵਾਲਿਓ ਖੋਲ ਕੇ ਕੰਨ ਸੁਣ ਲੋ, ਇਹ ਦੀਪਕ ਬੁੱਝਣੇ ਨਹੀਂ ਬੁਝਾਉਣ ਦੇ ਨਾਲ ਰੋਸ਼ਨ ਜਿਨ੍ਹਾਂ ਨੂੰ ਕੀਤਾ ਗੋਬਿੰਦ ਸਿੰਘ ਨੇ ਸਾਰੇ ਸਰਬੰਸ਼ ਦਾ ਲਹੂ ਪਾਉਣ ਦੇ ਨਾਲ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਜਾਣਗੇ। ਬੁੱਧ ਸਿੰਘ ਵਾਲੇ ਦੇ ਜਿੰਨੇ ਦਲੇਰ ਰਾਣਾ ਐਸ਼ਿੰਗ ਸਨ ਉਹਨਾਂ ਨੇ 20ਵੀਂ ਸਦੀ ਦਾ ਸਿੱਖ ਕੌਮ ਦਾ ਇਤਿਹਾਸ ਦੇ ਇਤਿਹਾਸ ਦੇ ਪੰਨੇ ਰੁਸ਼ਨਾ ਕੇ ਰੱਖ ਦਿੱਤੇ। ਸਮਾਂ ਆਇਆ ਜਦੋਂ ਦਿੱਲੀ ਦੇ ਵਿੱਚ ਰੋਮਾਨੀਆ ਦੇਸ਼ ਦਾ ਜੋ ਰਾਜਦੂਤ ਸੀ ਸ੍ਰੀ ਲੇਬਿਓ ਰਾਦੂ ਉਹਨੂੰ ਅਗਵਾ ਕੀਤਾ, ਉਸ ਲਾਈਨਾਂ ਦਾ ਜ਼ਿਕਰ ਮੇਰਾ ਸਾਥੀ ਸੁਖਪਾਲ ਸਿੰਘ ਗਾ ਕੇ ਇਉਂ ਦੱਸ ਰਿਹਾ ਹੈ। ਬੁੱਧ ਸਿੰਘ ਵਾਲੇ ਦੀ ਸਰਦਾਰੀ ਹੁਣੇ ਸੱਟ ਸਰਕਾਰ ਨੂੰ ਮਾਰੀ, ਬੁੱਧ ਸਿੰਘ ਵਾਲੇ ਦੀ ਸਰਦਾਰੀ ਹੁਣੇ ਸੱਟ ਸਰਕਾਰ ਨੂੰ ਮਾਰੀ, ਚੋ ਗਏ ਦਿਨ ਹੀ ਨੇੜੇ ਪੈ ਗਏ ਨੇ, ਦਿੱਲੀ ਵਿੱਚੋਂ ਅਗਵਾ ਕਰਕੇ ਸੂਰਮੇ ਰਾਦੂ ਨੂੰ ਲੈ ਗਏ ਨੇ, ਦਿੱਲੀ ਵਿੱਚੋਂ ਅਗਵਾ ਕਰਕੇ ਸੂਰਮੇ ਰਾਦੂ ਨੂੰ ਲੈ ਗਏ ਨੇ, ਰਿਹਾ ਕਰਦਾ ਹੈ। ਜਦੋਂ ਦਿੱਲੀ ਪਹੁੰਚਿਆ ਰੋਮਾਨੀਆ ਦਾ ਰਾਜਦੂਤ ਰਾਦੂ ਤੇ ਉਦੋਂ ਪੁੱਛਿਆ ਗਿਆ ਬਈ ਸਿੰਘਾਂ ਬਾਰੇ ਦੱਸ, ਅਖੌਤੀ ਮੀਡੀਆ ਵਾਲੇ ਚਾਹੁੰਦੇ ਸਨ ਬਈ ਇਹ ਰਾਦੂ ਸਿੱਖਾਂ ਬਾਰੇ ਤੇ ਉਹਨਾਂ ਖਾੜਕੂਆਂ ਬਾਰੇ ਗਲਤ ਪ੍ਰਚਾਰ ਕਰੇ ਤੇ ਅਸੀਂ ਉਹਨਾਂ ਦੀ ਕੌਮਾਂਤਰੀ ਪੱਧਰ ਤੇ ਫਿਰ ਬਦਨਾਮੀ ਕਰੀਏ। ਪਰ ਰਾਦੂ ਨੇ ਹੈਰਾਨ ਕਰ ਦਿੱਤਾ ਜਦੋਂ ਉਹਨੇ ਆਪਦੀ ਸਟੇਟਮੈਂਟ ਤੇ ਬਿਆਨ ਦਿੱਤਾ। ਉਹ ਕਹਿੰਦਾ ਸਿੰਘਾਂ ਨੇ ਜਿਨ੍ਹਾਂ ਨੇ ਮੈਨੂੰ ਅਗਵਾ ਕੀਤਾ
ਉਹਨਾਂ ਨੇ ਮੇਰਾ ਤੇ ਮੇਰੀ ਸਿਹਤ ਦਾ ਇੰਨਾ ਖਿਆਲ ਰੱਖਿਆ, ਉਹਨਾਂ ਖਿਆਲ ਤਾਂ ਮੇਰੀ ਪਤਨੀ ਮੇਰੀ ਵਾਈਫ ਵੀ ਨਹੀਂ ਰੱਖਦੀ। ਹਰ ਪਾਸੇ ਸੂਰਮਿਆਂ ਦੀ ਜੈ ਜੈਕਾਰ ਹੋ ਗਈ, ਜ਼ਿੰਦਗੀ ਨਿਕੰਮੀ ਆਣ ਅਣਖ ਤੋਂ ਬਿਨਾਂ। ਗੁਰੂ ਜੀ ਫਰਮਾਉਂਦੇ ਨੇ ਇਸੇ ਲਈ ਖਾਲਸੇ ਗੁਲਾਮ ਬਣ ਕੇ ਉਹ ਨਾ ਜਿਉਣਾ ਚਾਹੁੰਦੇ ਨੇ। ਕਿਸੇ ਦੀ ਗੁਲਾਮੀ ਨੂੰ ਜ਼ਮੀਰ ਸ਼ੇਰਾਂ ਦੀ ਕਦੇ ਨਾ ਸਹਾਰਦੀ। ਲੜਦੇ ਲੜਾਈ ਨੌਜਵਾਨ ਖਾਲਸੇ, ਉਹ ਕੌਮ ਦੇ ਵਿਕਾਰ ਦੀ, ਕੌਮ ਦੀ ਵਿਕਾਰ ਵਾਸਤੇ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਲੜ ਰਿਹਾ ਸੀ। ਇਹ ਸੰਘਰਸ਼ ਉਹ ਸੀ ਜਾਂ ਤਖਤ ਤੇ ਜਾਂ ਤਖਤਾ। ਇਹਦੇ ਵਿੱਚ ਜਿਹੜਾ ਉਹਨੇ ਯੋਗਦਾਨ ਪਾਇਆ, ਜਿਹੜੀ ਆਪਦੀ ਜ਼ਿੰਮੇਵਾਰੀ ਨਿਭਾਈ, ਉਹ ਬੜੀ ਤਨਦੇਹੀ ਦੇ ਨਾਲ ਨਿਭਾਈ ਸੂਰਮੇ ਨੇ। ਉਹ ਸਮਾਂ ਆ ਗਿਆ ਸੰਗਤ ਜੀ, ਪਰਮਾਤਮਾ ਨੇ ਉਹ ਵਧਾਤੇ ਨੇ, ਇਸ ਸੂਰਮੇ ਨੂੰ ਅਮਰ ਸ਼ਹੀਦੀ ਦਾ ਰੁਤਬਾ ਬਖਸ਼ਣਾ ਸੀ। ਜਦੋਂ ਪੰਜਾਬ ਪੁਲਿਸ ਦਾ ਉਸ ਸਮੇਂ ਦਾ ਮੁਖੀ ਸੀ ਜਿਹੜਾ KPS ਗਿੱਲ, ਅਤੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਸਰਦਾਰ ਬੇਅੰਤ ਸਿੰਘ, ਉਹਨਾਂ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸਨ। ਆਉਂਦੇ 3-4 ਮਹੀਨਿਆਂ ਦੇ ਵਿੱਚ ਅਸੀਂ ਖਾੜਕੂ ਲਹਿਰ ਦਾ ਸਫਾਇਆ ਕਰ ਦਿਆਂਗੇ। ਜਦੋਂ ਖੁਫੀਆ ਏਜੰਸੀ ਵਾਲਿਆਂ ਨੇ ਸਾਰਾ ਕੁਝ ਦੱਸ ਦਿੱਤਾ, ਬਈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ, ਜਿਹਦੇ ਸਿਰ ਤੇ 50 ਲੱਖ ਤੋਂ ਵੀ ਵੱਧ ਦਾ ਇਨਾਮ ਸੀ, ਉਹ ਲੁਧਿਆਣੇ ਸ਼ਹਿਰ ਦੇ ਵਿੱਚ ਰੁਕਿਆ ਹੋਇਆ ਏ। ਜਦੋਂ ਸਾਰੀ ਸਰਕਾਰ ਨੂੰ ਇਹਦੀ ਸੂਹ ਸੀ ਤੇ ਸਰਕਾਰ ਨੇ ਪੁਲਿਸ ਨੇ ਰਲ ਕੇ 50 ਇੰਸਪੈਕਟਰ ਰੈਂਕ ਦੇ, ਜਿਨ੍ਹਾਂ ਨੂੰ ਬਲੈਕ ਗੇਟ ਬਣਾ ਕੇ ਸ਼ਹਿਰ ਦੇ ਵਿੱਚ ਵਾੜਿਆ ਗਿਆ। ਇੱਥੋਂ ਤੱਕ ਨਿੱਜੀ ਸੂਤਰਾਂ ਤੋਂ ਪਤਾ ਲੱਗਿਆ 1 ਕਰੋੜ ਦੇ ਲਗਭਗ ਰੁਪਈਆ ਸਰਕਾਰ ਤੇ ਪੁਲਿਸ ਨੇ ਪਾਣੀ ਵਾਂਗ ਵਹਾ ਦਿੱਤਾ। ਉਹ ਦਿਨ ਆ ਗਿਆ 29 ਜੁਲਾਈ 1992 ਨੂੰ, ਜਦੋਂ ਲੁਧਿਆਣੇ ਸ਼ਹਿਰ ਦੇ ਮਾਡਲ ਡਾਊਨ ਇਲਾਕੇ ਦੇ ਅੰਦਰ ਸੂਰਮੇ ਨੂੰ ਘਰ ਦੇ ਵਿੱਚ ਘੇਰਾ ਪੈ ਗਿਆ, ਨਿਕਲ ਲੱਗਿਆ ਸੀ। ਜਦੋਂ ਬ੍ਰਸ਼ਟ ਵੱਜ ਗਿਆ, ਜ਼ਖਮੀ ਹੋ ਕੇ ਡਿੱਗ ਪਿਆ। ਦੂਸਰੇ ਦਿਨ ਸੰਗਤ ਜੀ 30 ਜੁਲਾਈ 1992 ਸੀ, ਜਦੋਂ ਪੰਜਾਬੀ ਦੇ ਅਖਬਾਰ ਕੀ ਅੰਗਰੇਜ਼ੀ ਦੇ ਹਿੰਦੀ ਦੇ ਅਖਬਾਰ, ਉਹਨਾਂ ਅਖਬਾਰਾਂ ਨੇ ਜੋ ਮੁੱਖ ਸੁਰਖੀ ਬਣਾਈ ਸੀ ਉਹ ਇਹ ਸੀ, ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਇੱਕ ਉਹ ਬਹਾਦਰ ਜੋੜਾ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ ਹੋ ਗਿਆ। ਜਦੋਂ ਸ਼ਹੀਦੀ ਦੀ ਖਬਰ ਪੰਥ ਨੂੰ ਤੇ ਪੰਥ ਦਰਦੀਆਂ ਨੇ ਸੁਣੀ, ਉਹਨਾਂ ਨੇ ਇਉਂ ਮਹਿਸੂਸ ਕੀਤਾ ਜਿਵੇਂ ਇੱਕ ਮਾਸੂਮ ਦਾ ਬਾਪ ਮਰ ਜਾਵੇ। ਮਾਸੂਮ ਦਾ ਉਹਨਾਂ ਨੂੰ ਇਉਂ ਧੱਕਾ ਵੱਜਿਆ ਜਿਵੇਂ ਇੱਕ ਮੁਟਿਆਰ ਦਾ ਪਤੀ ਚਲਿਆ ਜਾਵੇ। ਉਹਦੀ ਸ਼ਹੀਦੀ ਦੀ ਵਾਤਾ, ਉਹਦੀ ਸ਼ਹੀਦੀ ਦੀ ਅਮਰ ਕਹਾਣੀ ਧਮਾਲ ਦਾ ਢਾਡੀ ਜੱਥਾ ਮੇਰੇ ਸਾਥੀ ਸੁਖਪਾਲ ਸਿੰਘ, ਪ੍ਰਭਜੋਤ ਸਿੰਘ ਅਤੇ ਬ੍ਰਿਸ਼ਪਾਲ ਸਿੰਘ ਆ ਕੇ ਇਉਂ ਦੱਸ ਰਹੇ ਨੇ। ਚਲਾਈ ਧਰਮ ਵਾਲੀ ਜੰਗ ਸੀ, ਉਸ ਵਿੱਚ ਨਾਂ ਆਪਣਾ ਲਿਖਾ ਗਿਆ, ਉਸ ਵਿੱਚ ਨਾਂ ਆਪਣਾ ਲਿਖਾ ਗਿਆ। ਭਗਤ ਸਿੰਘ ਵਾਲਾ ਤਾਂ ਸ਼ਹੀਦੀ ਪਾ ਗਿਆ, ਗੁਰਜੰਤ ਸਿੰਘ ਤਾਂ ਸ਼ਹੀਦੀ ਪਾ ਗਿਆ। ਸਿੰਘ ਵਾਲਾ ਸ਼ਹੀਦੀ ਪਾ ਗਿਆ, ਗੁਰਜੰਤ
ਸੀਗਾ ਪੰਥ ਦਾ ਮੁੱਢ ਤੋਂ ਪੁਜਾਰੀ ਸੀ ਗੁਰੂ ਗ੍ਰੰਥ ਦਾ ਸੀਗਾ ਅਨਮੋਲ ਉਹ ਹੀਰਾ ਪੰਥ ਦਾ ਸੰਭਾਲੇ ਦੁਨੀਆਂ ਵਿੱਚ ਬਲਵੰਤ ਨੇ ਉਹ ਸ਼ਾਨਾ ਵਾਲੇ ਉਹੀ ਕੌਮਾਂ ਉਹੀ ਲੋਕ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਗਏ ਨੇ ਜਿਨ੍ਹਾਂ ਨੇ ਆਪਣੇ ਇਤਿਹਾਸ ਨੂੰ ਸਾਂਭਿਆ ਏ। ਮੌਜੂਦਾ ਸੰਘਰਸ਼ ਦੇ ਅੰਦਰ ਕੁਰਬਾਨੀ ਕਰਨ ਵਾਲੇ ਯੋਧਿਆਂ ਦਾ ਜੋ ਇਤਿਹਾਸ ਹੈ ਉਹਨੂੰ ਪੜ੍ਹੀਏ, ਉਹਨੂੰ ਸੁਣੀਏ ਤੇ ਉਹਨੂੰ ਸੁਣਾਈਏ, ਇਹ ਅੱਜ ਸਾਡਾ ਫਰਜ਼ ਬਣਦਾ ਹੈ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਆਪਣੇ ਵੀਰਾਂ ਦਾ ਜਿਹੜੇ ਆਪਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਮੌਜੂਦਾ ਸੰਘਰਸ਼ ਦੇ ਯੋਧਿਆਂ ਦੀਆਂ ਕੈਸਟਾਂ ਦੀ ਰਿਕਾਰਡਿੰਗ ਵਾਸਤੇ ਘੱਲਦੇ ਨੇ। ਪਹਿਲਾਂ ਉਹਨਾਂ ਮੇਰੇ ਵੀਰਾਂ ਨੇ, ਵੀਰ ਲਖਵਿੰਦਰ ਸਿੰਘ ਜੀ ਨਡਾਲੋਂ, ਸਰਬਜੀਤ ਸਿੰਘ ਜੀ ਡੱਲਾ, ਡਾਕਟਰ ਬਲਵਿੰਦਰ ਸਿੰਘ ਜੀ ਬਾਗੜੀਆਂ, ਬਾਬਾ ਜਰਨੈਲ ਸਿੰਘ ਜੀ, ਭਾਈ ਨਿਸ਼ਾਨ ਸਿੰਘ ਜੀ, ਭਾਈ ਸਤਨਾਮ ਸਿੰਘ ਜੀ, ਅਮਰਦੀਪ ਸਿੰਘ ਜੀ ਫੌਜੀ, ਕਮਲਜੀਤ ਸਿੰਘ ਜੀ ਸਰਾਂ, ਮੈਂ ਇਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੂਨ 84 ਦਾ ਘੱਲੂਘਾਰਾ, ਸ਼ੇਰ ਦਿਲ, ਸੁਰਿੰਦਰ ਸਿੰਘ ਸੋਢੀ ਦੀ ਕੈਸਟ ਤੇ ਹੁਣ ਭਾਈ ਗੁਰਜੰਦ ਸਿੰਘ ਬੁੱਧ ਸਿੰਘ ਵਾਲੇ ਦੀ ਕੈਸਟ ਰਿਕਾਰਡਿੰਗ ਕਰਵਾਈ ਆ। ਅਖੀਰ ਤੇ ਕੋਟ ਕੋਟ ਧੰਨਵਾਦ ਸੱਚਖੰਡ ਵਾਸੀ ਧੰਨ ਧੰਨ ਬਾਬਾ ਭਾਨ ਸਿੰਘ ਜੀ, ਬਾਬਾ ਦਸੌਂਧਾ ਸਿੰਘ ਜੀ, ਉਹਨਾਂ ਦੇ ਤਪ ਅਸਥਾਨ ਦਾ, ਉੱਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਜੀ ਤੇ ਸੇਵਾਦਾਰ ਸਮੁੱਚੀਆਂ ਸਾਧ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਢਾਡੀ ਜੱਥਾ ਰਿਸ਼ਪਾਲ ਸਿੰਘ ਪਮਾਲ, ਸਾਥੀ ਸੁਖਪਾਲ ਸਿੰਘ ਅਜੀਤਗੜ੍ਹ, ਪ੍ਰਭਜੋਤ ਸਿੰਘ ਸਰੰਗੀ ਮਾਸਟਰ ਅਜੀਤਗੜ੍ਹ ਅਤੇ ਬ੍ਰਿਸ਼ਪਾਲ ਸਿੰਘ ਬਰਕੰਦੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।